ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਆਰ ਐੱਸ ਇੰਸਟੀਚਿਊਟ 'ਤੇ। ਵਾਰਡ ਅਟੈਂਡੈਂਟ ਦੇ ਪੇਪਰ ਸੰਬੰਧੀ ਇੱਕ ਵੱਡੀ ਅਪਡੇਟ ਨਿਕਲ ਕੇ ਆ ਰਹੀ ਹੈ ਜੀ। ਜਿਹੜੇ ਵਾਰਡ ਅਟੈਂਡੈਂਟ ਦਾ ਪੇਪਰ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ, ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਜਿਹੜਾ ਇਹ ਲਿਆ ਜਾਣਾ ਸੀਗਾ ਪੇਪਰ, ਅਤੇ ਆਪਾਂ ਟੂ ਦਾ ਪੁਆਇੰਟ ਗੱਲ ਕਰਾਂਗੇ। ਜ਼ਿਆਦਾ ਵੀਡੀਓ ਲੰਬੀ ਨਹੀਂ ਕਰਾਂਗੇ, ਸਿੱਧਾ ਤੁਹਾਨੂੰ ਟੂ ਦਾ ਪੁਆਇੰਟ ਦੱਸਾਂਗੇ ਕਿ ਇਹਦੀ ਅਪਡੇਟ ਨਿਕਲ ਕੇ ਆ ਰਹੀ ਹੈ। ਸੋ ਇਹ ਜਿਹੜਾ ਵਾਰਡ ਅਟੈਂਡੈਂਟ ਦਾ ਪੇਪਰ ਸੀਗਾ ਜੀ, ਇਹ ਭਰਤੀ ਜਿਹੜੀ ਹੈ 800 ਉਮੀਦਵਾਰਾਂ ਦੀ ਇਹ ਭਰਤੀ ਨਿਕਲੀ ਸੀਗੀ, ਅਤੇ ਇਹ ਜਿਹੜਾ ਪੇਪਰ ਹੋਣਾ ਸੀ ਜੀ 2020 ਦੇ ਵਿੱਚ ਨਵੰਬਰ ਮਹੀਨੇ ਵਿੱਚ ਇਹ ਕੰਡਕਟ ਕੀਤਾ ਗਿਆ ਸੀਗਾ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ। ਸੋ ਕਰੋਨਾ ਕਰਕੇ ਪੇਪਰ ਜਿਹੜਾ ਮੁਲਤਵੀ ਹੁੰਦਾ ਗਿਆ, ਅਤੇ ਬਾਅਦ ਵਿੱਚ ਜਿਹੜਾ ਹੈ ਯੂਨੀਵਰਸਿਟੀ ਨੇ ਅਣਮਿੱਥੇ ਸਮੇਂ ਲਈ ਇਹ ਪੇਪਰ ਜਿਹੜਾ ਮੁਲਤਵੀ ਕਰਤਾ ਸੀਗਾ ਜੀ। ਅਤੇ ਹੁਣ ਜਿਵੇਂ ਕਿ ਤੁਹਾਨੂੰ ਪਤਾ, ਸਾਰੀਆਂ ਰਿਕਰੂਟਮੈਂਟ ਦਾ ਪ੍ਰੋਸੈਸ ਹੁਣ ਜਿਹੜਾ ਸ਼ੁਰੂ ਹੋ ਚੁੱਕਿਆ ਜੀ, ਅਤੇ ਹੁਣ ਇਹਦੇ ਵੀ ਜਿਹੜੇ ਚਾਂਸ ਹੈ ਇੱਥੇ ਖੁੱਲ੍ਹ ਗਏ ਨੇ। ਅਤੇ ਹੁਣ ਇੱਕ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਇੱਕ ਲੈਟਰ ਇਸ਼ੂ ਕੀਤੀ ਗਈ ਹੈ, ਠੀਕ ਹੈ ਜੀ। ਜਿਹੜੇ ਪੰਜਾਬ ਦੇ ਜਿਹੜੇ ਡਿਪਟੀ ਕਮਿਸ਼ਨਰਸ ਆਫਿਸ ਨੇ, ਉਹਨਾਂ ਨਾਲ ਸਾਰਿਆਂ ਦੇ ਜ਼ਿਲ੍ਹਿਆਂ ਦੇ ਜਿਹੜੇ ਡਿਪਟੀ ਕਮਿਸ਼ਨਰਸ ਨੇ, ਉਹਨਾਂ ਨੂੰ ਇੱਕ ਲੈਟਰ ਇਸ਼ੂ ਇੱਥੇ ਜਾਰੀ ਕੀਤੀ ਗਈ ਹੈ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ। ਅਤੇ ਉਹਦੇ ਵਿੱਚ ਇੱਕ ਜਿਹੜਾ ਏਜੰਡਾ ਹੈ ਜੀ ਲੈਟਰ ਦਾ, ਉਹਦੇ ਲੈਟਰ ਵਿੱਚ ਲਿਖਿਆ ਹੋਇਆ ਹੈ ਕਿ 4 ਤਰੀਕ ਨੂੰ, 4 ਅਕਤੂਬਰ ਨੂੰ ਯੂਨੀਵਰਸਿਟੀ ਵੱਲੋਂ ਇੱਕ ਮੀਟਿੰਗ ਰੱਖੀ ਗਈ ਹੈ ਵੀਡੀਓ ਕਾਨਫਰੰਸ ਦੇ ਮਾਧਿਅਮ ਰਾਹੀਂ। ਅਤੇ ਉਹਦਾ ਮੀਟਿੰਗ ਦਾ ਏਜੰਡਾ ਕੀ ਹੈ ਕਿ ਆਪਣੇ ਵਾਰਡ ਅਟੈਂਡੈਂਟ ਦਾ ਜਿਹੜਾ ਪੇਪਰ ਹੈ ਉਹ ਜਿਹੜਾ ਹੈ ਯੂਨੀਵਰਸਿਟੀ ਵੱਲੋਂ ਹੁਣ ਲਿਆ ਜਾਣਾ ਹੈ ਜੀ। ਨਵੰਬਰ ਦੇ ਦੂਜੇ ਜਾਂ ਤੀਜੇ ਹਫ਼ਤੇ ਵਿੱਚ ਇਹਦੀ ਡੇਟ ਜਿਹੜੀ ਹੈ ਪੱਕੀ ਹੋ ਗਈ ਹੈ, ਨਵੰਬਰ ਮਹੀਨੇ ਵਿੱਚ ਹੁਣ ਇਹ ਪੇਪਰ ਲਿਆ ਜਾਊਗਾ। ਅਤੇ ਉਹਦੇ ਰਿਗਾਰਡਿੰਗ ਇਹ ਜਿਹੜੇ ਲੈਟਰ ਜਾਰੀ ਕੀਤੀ ਗਈ ਹੈ ਡੀ ਸੀ ਦਫ਼ਤਰਾਂ ਨੂੰ, ਅਤੇ ਇਹ ਪੁੱਛਿਆ ਗਿਆ ਹੈ ਕਿ ਜਿਹੜੇ ਜਿਵੇਂ ਕਿ ਸਾਰਿਆਂ ਨੂੰ ਪਤਾ, ਜਿਹੜੇ ਅਲੱਗ ਅਲੱਗ ਜ਼ਿਲ੍ਹਿਆਂ 'ਚੋਂ 20,000 25,000 ਜਿਹੜੇ ਉਮੀਦਵਾਰ ਨੇ, ਸੋ ਇਹ ਪੇਪਰ ਕਿੱਥੇ ਲਿਆ ਜਾਵੇ, ਕੋਈ ਜਿਵੇਂ ਕਿ ਸਟੇਡੀਅਮ ਹੋਵੇ ਜਾਂ ਫਿਰ ਸਕੂਲ ਦੇ ਪਲੇਗਰਾਊਂਡਸ ਹੋਣ, ਉਹਨਾਂ ਦੀ ਲਿਸਟ ਜਿਹੜੀ ਹੈ ਇੱਥੇ ਮੰਗੀ ਗਈ ਹੈ ਯੂਨੀਵਰਸਿਟੀ ਵੱਲੋਂ ਕਿ ਸਾਨੂੰ ਇਹ ਪ੍ਰੋਵਾਈਡ ਕਰਾਈ ਜਾਵੇ, ਅਤੇ ਫਿਰ ਅਸੀਂ ਜਿਹੜਾ ਹੈ ਇਹਦਾ ਸ਼ਡਿਊਲ ਯਾਨੀ ਕਿ ਇਹਦਾ ਤਿਆਰ ਕਰ ਸਕੀਏ, ਅਤੇ ਉਮੀਦਵਾਰਾਂ ਦੇ ਮਤਲਬ ਉਮੀਦਵਾਰ ਗਿਣ ਕੇ, ਅਤੇ ਫਿਰ ਪਤਾ ਲੱਗੇ ਵੀ ਕਿਹੜੇ ਜ਼ਿਲ੍ਹੇ ਵਿੱਚ ਕਿੰਨੇ ਉਮੀਦਵਾਰ ਨੇ, ਅਤੇ ਉਹਨਾਂ ਦੀ ਜਿਹੜੇ ਆ ਪੇਪਰ ਕਿੱਥੇ ਲਏ ਜਾਣ, ਸਟੇਡੀਅਮ ਵਿੱਚ ਲਏ ਜਾਣ ਜਾਂ ਸਕੂਲ ਗਰਾਊਂਡ ਜਿਹੜੇ ਨੇ ਉੱਥੇ ਲਏ ਜਾਣ, ਯਾਨੀ ਕਿ ਕੋਵਿਡ ਤੋਂ ਸੇਫਟੀ ਵੀ ਜ਼ਰੂਰੀ ਹੈ, ਉਹਦੇ ਰਿਗਾਰਡਿੰਗ ਜਿਹੜੀ ਹੈ ਇਹ ਜਿਹੜੀ ਜਾਣਕਾਰੀ ਮੰਗੀ ਗਈ ਹੈ ਜੀ। ਸੋ ਹੁਣ ਇਹਦੀਆਂ ਉਮੀਦਾਂ ਜਿਹੜੀਆਂ ਨੇ ਵੱਜ ਗਈਆਂ ਨੇ, ਠੀਕ ਹੈ ਜੀ। ਨਵੰਬਰ ਮਹੀਨੇ ਵਿੱਚ ਇਹ ਪੇਪਰ ਕਿਸੇ ਹਾਲ 'ਚ ਹੁਣ ਲਿਆ ਜਾਊਗਾ, ਨਵੰਬਰ ਦੇ ਦੂਜੇ ਜਾਂ ਤੀਜੇ ਹਫ਼ਤੇ ਵਿੱਚ ਇਹਦੀ ਜਿਹੜੀ ਹੈ ਡੇਟ ਆਪਾਂ ਨੂੰ ਪਤਾ ਲੱਗ ਜਾਏਗੀ। ਸੋ 4 ਤਰੀਕ ਨੂੰ ਇਹਦੀ ਮੀਟਿੰਗ ਹੋਣੀ ਸੀ, ਠੀਕ ਹੈ ਜੀ, ਹੋ ਗਈ ਹੈ ਮੀਟਿੰਗ, ਅਤੇ ਜਿਹੜਾ ਡਾਟਾ ਮੰਗਿਆ ਗਿਆ ਜੀ ਡੀ ਸੀ ਦਫ਼ਤਰਾਂ ਤੋਂ, ਸੋ ਉਹ ਵੀ ਹੁਣ ਜਿਹੜਾ ਹੈ ਯੂਨੀਵਰਸਿਟੀ ਨੂੰ ਮਿਲ ਜਾਊਗਾ, ਅਤੇ ਜਲਦੀ ਇਹਦੀ ਜਿਹੜੀ ਅਪਡੇਟ ਨਿਕਲ ਕੇ ਹੁਣ ਆਊਗੀ। ਅਤੇ ਨਵੰਬਰ ਮਹੀਨੇ ਵਿੱਚ ਇਹ ਪੇਪਰ ਹੁਣ ਜਿਹੜਾ ਕਾਫੀ ਇਹਦੇ ਚਾਂਸਿਸ ਨੇ ਕਿ ਨਵੰਬਰ ਮਹੀਨੇ ਦੇ ਦੂਜੇ ਜਾਂ ਤੀਜੇ ਹਫ਼ਤੇ ਵਿੱਚ ਪੇਪਰ ਹੁਣ ਲਿਆ ਜਾਊਗਾ। 1.5 ਲੱਖ ਉਮੀਦਵਾਰ ਨੇ ਜੀ ਟੋਟਲ ਜਿਨ੍ਹਾਂ ਨੇ ਪੇਪਰ ਭਰਿਆ ਸੀਗਾ, ਅਤੇ ਕਾਫੀ ਨਿਰਾਸ਼ਾ ਸੀਗੀ ਕਿ ਇਹ ਪੇਪਰ ਅੱਗੇ ਮੁਲਤਵੀ ਹੁੰਦਾ ਗਿਆ। ਸਾਰਾ ਪ੍ਰੋਸੈਸ ਤਾਂ ਹੁਣ ਸ਼ੁਰੂ ਹੋ ਚੁੱਕਿਆ, ਦੂਜੀਆਂ ਰਿਕਰੂਟਮੈਂਟ ਅਗਰ ਹੋ ਰਹੀਆਂ ਨੇ, ਤਾਂ ਇਹ ਜਿਹੜੀ ਯੂਨੀਅਨ ਸੀਗੀ ਵਾਰਡ ਅਟੈਂਡੈਂਟ ਵਾਲੀ, ਉਹਨਾਂ ਨੇ ਕਿਹਾ ਸੀ ਕਿ ਵਾਰਡ ਅਟੈਂਡੈਂਟ ਦਾ ਪੇਪਰ ਕਿਉਂ ਨਹੀਂ ਹੋ ਸਕਦਾ ਅਗਰ ਬਾਕੀ ਇਗਜ਼ਾਮ ਵੀ ਤਾਂ ਹੋ ਰਹੇ ਨੇ, ਬਾਕੀ ਰਿਕਰੂਟਮੈਂਟ ਵੀ ਤਾਂ ਹੋ ਰਹੀਆਂ ਨੇ। ਸੋ ਇਹਦੇ ਰਿਗਾਰਡਿੰਗ ਹੁਣ ਵੱਡੀ ਅਪਡੇਟ, ਵੱਡੀ ਖੁਸ਼ਖਬਰੀ ਆਪਾਂ ਕਹਿ ਸਕਦੇ ਹਾਂ ਜਿਨ੍ਹਾਂ ਨੇ ਪੇਪਰ ਭਰਿਆ ਸੀਗਾ ਜੀ। ਸੋ ਹੁਣ ਰੈਡੀ ਰਹੋ ਜੀ, ਨਵੰਬਰ ਦੇ ਦੂਜੇ ਜਾਂ ਤੀਜੇ ਹਫ਼ਤੇ ਵਿੱਚ ਇਹ ਪੇਪਰ ਲਿਆ ਜਾਊਗਾ। ਸੋ ਇਹਦਾ ਜਿਹੜਾ ਸਿਲੇਬਸ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ, 8ਵੀਂ ਤੱਕ ਦੀ ਜਿਹੜੀ GK ਆਉਣੀ ਹੈ, ਅਤੇ ਜਿਹੜਾ ਹੋਸਪਿਟਲ ਅਤੇ ਹੋਮ ਬੇਸ ਕੇਅਰ ਦੇ ਜਿਹੜੇ ਪ੍ਰਸ਼ਨ ਆਉਣੇ ਨੇ, ਸੋ ਇਹਦੀ ਜਿਹੜੀ ਸਿਲੇਬਸ ਅਨੁਸਾਰ ਹੁਣ ਤੁਹਾਨੂੰ ਵੀਡੀਓਜ਼ ਵੀ ਮਿਲਣਗੀਆਂ ਸਾਡੇ ਇਸ ਚੈਨਲ 'ਤੇ, ਤਿਆਰੀ ਤੁਹਾਡੀ ਪੂਰੀ ਕਰਵਾਵਾਂਗੇ। ਅਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ, ਅਤੇ ਰੋਜ਼ ਤੁਹਾਨੂੰ ਹੁਣ ਇਹਦੇ ਰਿਗਾਰਡਿੰਗ ਜਿਹੜੀ ਹੈ ਸਿਲੇਬਸ ਦੇ ਅਨੁਸਾਰ ਜਿਹੜੀ ਪ੍ਰਿਪਰੇਸ਼ਨ ਦੀ ਤਿਆਰੀ ਸੰਬੰਧੀ ਵੀਡੀਓਜ਼ ਤੁਹਾਨੂੰ ਸਾਡੇ ਚੈਨਲ 'ਤੇ ਮਿਲਿਆ ਕਰਨਗੀਆਂ ਜੀ। ਅਤੇ ਜਦ ਤੱਕ ਪੇਪਰ ਨਹੀਂ ਹੁੰਦਾ ਆਪਾਂ ਤੁਹਾਡੀ ਪੂਰੀ ਇਹਦੀ ਜਿਹੜੀ ਹੈ ਤਿਆਰੀ ਕਰਵਾਵਾਂਗੇ। ਸੋ ਚੈਨਲ ਨਾਲ ਤੁਸੀਂ ਜੁੜੇ ਰਹੋ, ਅਤੇ ਇਹੀ ਤੁਹਾਨੂੰ ਅਪਡੇਟ ਦੇਣੀ ਸੀ ਕਿ ਹੁਣ ਜਿਹੜਾ ਹੈ ਡਾਟਾ ਇੱਥੇ ਹੁਣ ਮੰਗਿਆ ਗਿਆ ਹੈ ਜੀ ਡੀ ਸੀ ਦਫ਼ਤਰਾਂ ਤੋਂ ਸਮੂਹ ਜ਼ਿਲ੍ਹਿਆਂ ਦੇ, ਅਤੇ ਹੁਣ ਇਹ ਪੇਪਰ ਜਿਹੜਾ ਨਵੰਬਰ ਮਹੀਨੇ ਦੇ ਦੂਜੇ ਜਾਂ ਤੀਜੇ ਹਫ਼ਤੇ ਵਿੱਚ ਜਿਹੜਾ ਹੈ ਇਹ ਕਰਵਾਇਆ ਜਾਏਗਾ। ਸੋ ਇਹ ਵੱਡੀ ਖੁਸ਼ਖਬਰੀ ਉਮੀਦਵਾਰਾਂ ਲਈ, ਜਿਹੜਾ ਉਮੀਦਵਾਰਾਂ ਨੇ 1.5 ਲੱਖ ਉਮੀਦਵਾਰ ਨੇ ਜਿਨ੍ਹਾਂ ਨੇ ਪੇਪਰ ਭਰਿਆ ਸੀਗਾ ਜੀ। ਸੋ ਹੁਣ ਤਿਆਰੀ ਜਾਰੀ ਰੱਖੋ ਜੀ, 1.5 ਮਹੀਨੇ ਦਾ ਹੀ ਆਪਣੇ ਕੋਲ ਵਕਤ ਹੈ, ਅਤੇ ਜਲਦੀ ਤੁਹਾਨੂੰ ਇਹਦੀ ਜਿਹੜੀ ਪ੍ਰਿਪਰੇਸ਼ਨ ਦੀ ਤਿਆਰੀ ਸੰਬੰਧੀ ਵੀਡੀਓ ਤੁਹਾਨੂੰ ਸਾਡੇ ਚੈਨਲ 'ਤੇ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਅੱਜ ਕੱਲ੍ਹ ਤੋਂ ਆਪਾਂ ਜਿਹੜਾ ਇਹਦੀ ਤਿਆਰੀ ਸੰਬੰਧੀ ਆਪਾਂ ਵੀਡੀਓ ਜਿਹੜੀ ਅਪਲੋਡ ਕਰਾਂਗੇ। ਸੋ ਚੈਨਲ ਨਾਲ ਜੁੜੇ ਰਹੋ, ਅਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਜੀ, ਤਾਂ ਕਿ ਜਿਹੜੇ 1.5 ਲੱਖ ਕੈਂਡੀਡੇਟਸ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਕਰੋ। ਸੋ ਵੀਡੀਓ ਵੇਖਣ ਲਈ ਜੀ ਥੈਂਕ ਯੂ, ਧੰਨਵਾਦ।